কেন্দ্র রয়েছে, এক তানাশাহী সরকার, মোদি জি সরকার, ভাজপা জি সরকার, আর এক উহনাঁ নাল মিলদে জুলদে ব্যক্তিয়াঁ করন আলে, জোর জবরদস্তি করন আলে, ঝাড়ু আলে দি সরকার পঞ্জাব চ। ਆਪਾਂ ਨੂੰ ਇਹਨਾਂ ਦੋਵਾਂ ਨਾਲ ਹੀ ਨਿਪੜਨਾ ਪੈਣਾ, ਪੜਾਵੋ ਭੈਣੋ, ਇਹਨਾਂ ਦੋਵਾਂ ਨਾਲ ਹੀ ਨਿਪੜਨਾ ਪੈਣਾ। ਔਰ ਮੋਦੀ ਜੀ ਨੇ ਤਾਂ ਇਸ ਤਰ੍ਹਾਂ ਦੀ ਪਲਾਨਿੰਗ ਕੀਤੀ ਆ ਕਿ ਜੇ ਖੁਦਾ ਨਿਖਾਰ ਸਕਦੇ ਹੋ ਜਿਮ ਕੇ ਤੀਸਰੀ ਵਾਰ, ਉਹਨਾਂ ਨੇ ਆਪਾਂ ਨੂੰ ਮੂੰਹ ਨੀ ਖੋਲਣ ਦੇਣਾ, ਇਸ ਮੁਲਕ ਨੂੰ ਰੂਸ ਸਰਕਾਰ ਚੀਨ ਵਰਗਾ ਬਣਾਉਣਾ ਚਾਹੁੰਦੇ ਆ। ਇਸ ਮੁਲਕ ਦੀ ਆਜ਼ਾਦੀ, ਇਸ ਮੁਲਕ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਮੋਦੀ। ਇਸ ਇਲੈਕਸ਼ਨ ਤਿੰਨ ਜਗ੍ਹਾ ਤੇ ਭਾਜਪਾ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਦੇ ਉਹਨਾਂ ਨੇ ਪਰਚੇ ਰੱਦ ਕਰਕੇ ਆਪਣੇ ਉਮੀਦਵਾਰਾਂ ਨੂੰ ਬਗੈਰ ਇਲੈਕਸ਼ਨ ਤੋਂ MP ਬਣਾ ਲਿਆ। ਮੋਦੀ ਸਾਨੂੰ ਕੀ ਸੁਨੇਹਾ ਦੇ ਰਹੇ ਆ, ਪ੍ਰਧਾਨ ਮੰਤਰੀ ਸਾਨੂੰ ਕੀ ਸੁਨੇਹਾ ਦੇ ਰਹੇ ਆ ਕਿ ਭਵਿੱਖ ਦੇ ਭਾਰਤ ਵਿੱਚ ਜਿਹਨੂੰ ਚਾਹੂੰਗਾ ਉਹ MP ਬਣ ਜੂਗਾ, ਜਿਹਨੂੰ ਨਹੀਂ ਚਾਹੂੰਗਾ ਉਹ ਨਹੀਂ। ਸਾਰੇ ਹਿੰਦੁਸਤਾਨ ਕਾਂਗਰਸ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਆ, ਅਸੀਂ 450 ਸੀਟਾਂ ਤੇ ਲੜਦੇ ਆ। ਆ ਜਿਹੜੇ ਝਾੜੂ ਵਾਲੇ ਆ 10-20 ਸੀਟਾਂ ਤੇ ਲੜਦੇ ਆ, ਇਹ ਮੋਦੀ ਨੂੰ ਕੀ ਡਾ ਰਹਿਣਗੇ? ਕਿਉਂ ਬਈ ਦੱਸੋ, ਕਰ ਸਕਦੇ ਆ ਕਿਉਂ ਬਈ? ਇਹ ਤਾਂ ਗੱਲਾਂ ਕਰਨ ਜੋਗੇ ਆ, ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣਾ ਹੋਵੇ ਤਾਂ ਇਹ ਉਸ, ਔਰ ਇਹਨਾਂ ਨੇ ਕੀ ਕੰਮ ਕੀਤਾ? ਸ਼ੰਭੂ ਚ ਸਾਡੇ ਕਿਸਾਨਾਂ ਨਾਲ ਇੰਨੀ ਜਾਤੀ ਹੋਈ, ਬਨੌਰੀ ਚ ਹੋਈ, ਇਹ ਤਾਂ ਸਾਡੀ ਰੱਖਿਆ ਕੀ ਕਰਨੀ ਆ? FIR ਦਰਜ ਕਰਨ ਦੀ ਤਾਕਤ ਨਹੀਂ। ਅਮਰ ਸਿੰਘ ਵਾਸਤੇ ਪੱਬਾ ਭਾਰ ਪੰਜਾਬ ਦੇ ਲੋਕ ਹੋਏ ਹੈ ਹਰ ਵਰਗ, ਸਾਨੂੰ ਜਿਹੜੀ ਵੱਡੀ ਖੁਸ਼ੀ ਦੀ ਗੱਲ ਹੈ, ਉਹ ਇਕੱਲਾ ਕਿਸਾਨੀ ਨਹੀਂ, ਇਕੱਲੇ ਖੇਤ ਮਜ਼ਦੂਰ ਹੀ ਨਹੀਂ, ਸਾਡੇ ਸ਼ਹਿਰਾਂ ਦੇ ਛੋਟੇ ਟ੍ਰੇਡਰ, ਦੁਕਾਨਦਾਰ, ਹਰ ਵਰਗ, ਭਾਵੇਂ ਪਛੜੀਆਂ ਸ਼੍ਰੇਣੀਆਂ ਦੀ ਗੱਲ ਕਰੋ, ਭਾਵੇਂ ਦਲਿਤ ਵੀਰਾਂ ਦੀ ਕਰੋ, ਭਾਵੇਂ ਜਨਰਲ ਕਾਸਟ ਦੀ ਕਰੋ, ਹਰ ਕਾਸਟ ਅੱਜ ਵੇਖ ਰਿਹਾ ਵਾ। ਵਿਸ਼ੇਸ਼ ਤੌਰ ਇਸ ਸੀਟ 'ਤੇ ਮੈਂ ਦੱਸ ਰਿਹਾ, ਸ਼ਹਿਰ ਦੇ ਲੋਕ ਜਿਨ੍ਹਾਂ ਦਾ ਕਿਸ ਟਾਈਮ ਥੋੜ੍ਹਾ ਮੋਟਾ ਰੁਝਾਨ BJP ਵੱਲ ਸੀ, ਉਹਨਾਂ ਨੇ ਵੀ ਭਾਜਪਾ ਦਾ ਕੈਂਡੀਡੇਟ ਵੇਖ ਕੇ ਫੈਸਲਾ ਕਰ ਲਿਆ ਕਿ ਸਾਰੀ ਵੋਟ ਸਿਆਣੇ ਵੋਟਰ ਦੀ ਡਾਕਟਰ ਅਮਰ ਸਿੰਘ ਨੂੰ ਜਾਏਗੀ। ਅਮਰ ਸਿੰਘ ਪੜ੍ਹੇ ਲਿਖੇ ਨੇ, ਤਜਰਬੇਕਾਰ ਨੇ, ਚੀਫ ਸੈਕਟਰੀ ਰਹੇ ਨੇ। ਦੂਜੇ ਪਾਸੇ ਮੈਂ ਬੇਨਤੀ ਕਰੂੰਗਾ ਫਤਿਹਗੜ੍ਹ ਸਾਹਿਬ ਦੇ ਸਾਰੇ ਹੀ ਵੋਟਰਸ ਨੂੰ, ਕਿਰਪਾ ਕਰਕੇ ਗੂਗਲ ਦੇ ਜ਼ਰੀਏ ਜਿਹੜੇ ਕੈਂਡੀਡੇਟ ਇਹਨਾਂ ਦੇ ਖਿਲਾਫ਼ ਨੇ, ਉਹਨਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਪੜ੍ਹੋ ਕਿ ਇਹ ਬੰਦੇ ਨੇ ਸਮੋਸੇ ਅਤੇ ਡੋਸੇ ਖਾਣ ਵਾਸਤੇ ਹੀ ਆਪਾਂ ਪਾਰਲੀਮੈਂਟ 'ਚ ਕਰ। ਦੂਜੀ ਗੱਲ ਵਕਾਊ ਮਾਲ ਨੂੰ
ਜਿਨ੍ਹਾਂ ਨੇ ਆਪਣੀ ਮਾਂ ਦੇ ਪਿੱਠੇ ਛੁਰਾ ਮਾਰਿਆ, ਜਿਨ੍ਹਾਂ ਪੰਜ ਪੰਜ ਚਾਰ ਚਾਰ ਪਾਰਟੀਆਂ ਬਦਲੀਆਂ, ਜਿਹੜੀ ਆਪਣੇ ਮਾਂ ਦੇ ਨਹੀਂ ਰਹਿ ਸਕਦੇ ਉਹ ਤੁਹਾਡੇ ਵੋਟਰ ਦੇ ਕਿੱਥੋਂ ਰਹਿਣ। ਕਿਰਪਾ ਕਰਕੇ ਪਹਿਲੇ ਜਦੋਂ ਵੇਖੋ ਅਸੀਂ ਸਾਰੇ ਕਿਸਾਨ ਹਾਂ, ਅਸੀਂ ਘੋੜਾ ਵੀ ਖਰੀਦ ਰਹੇ ਉਹਦੀ ਪਟਿਗਰੀ ਵੀ, ਅਸੀਂ ਮੱਝ ਵੀ ਖਰੀਦਦੇ ਹਾਂ, ਗਾਂ ਖਰੀਦਦੇ ਹਾਂ, ਕੋਈ ਚੀਜ਼ ਖਰੀਦਦੇ ਹਾਂ ਤਾਂ ਪਹਿਲੇ ਵੇਖਦੇ ਹਾਂ ਇਹਦੀ ਨਸਲ ਕੀ। ਉਹ ਘੱਟ ਤੋਂ ਘੱਟ ਨਸਲ ਤਾਂ ਵੇਖੋ, ਪੜ੍ਹੇ ਲਿਖੋ, ਇਮਾਨਦਾਰੀ ਵੇਖੋ ਇਹਨਾਂ ਦੀ। ਇੱਕ ਪਾਰਟੀ ਨਾਲ ਜਿਹੜੇ ਰਹੇ ਨੇ ਉਹਨਾਂ ਨੂੰ ਵੋਟਾਂ ਪਾਓ, ਓਰੀਜਨਲ ਲੋਕਾਂ ਨੂੰ ਪਾਓ, ਅਰਬੀ ਘੋੜਿਆਂ ਨੂੰ ਵੋਟ ਪਾਓ, ਦੇਸੀ ਖੱਚਰਾਂ ਨੂੰ। ਇੱਕ ਸੰਵਿਧਾਨ ਦੀ ਗੱਲ ਕਰੀ, ਸੰਵਿਧਾਨ ਨੂੰ ਬਚਾਓ, ਤੁਸੀਂ ਕਹਿੰਦੇ ਕਿ ਕਿਸ ਤੋਂ ਬਚਾਓ ਸੰਵਿਧਾਨ? ਇੱਕੋ ਵੱਡੀ ਗੱਲ ਹੈ, ਭਾਜਪਾ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਬਦਲਣਾ ਚਾਹੁੰਦੀ ਹੈ। ਉਹਨਾਂ ਦੀ ਮੰਸ਼ਾ ਕਿ 75 ਸਾਲਾਂ 'ਚ ਡਾਕਟਰ ਅੰਬੇਦਕਰ ਸਾਹਿਬ ਦੀ ਸੰਵਿਧਾਨ ਦੇ ਮੁਤਾਬਕ ਦਲਿਤ ਵਰਗ ਨੂੰ, ਪਛੜੀਆਂ ਸ਼੍ਰੇਣੀਆਂ ਨੂੰ, ਘੱਟ ਗਿਣਤੀਆਂ ਨੂੰ ਅਤੇ ਇਕਨੋਮਿਕਲੀ ਬੈਕਵਰਡ ਨੂੰ ਕਿਸੇ ਢੰਗ ਦੀ ਕੋਈ ਰਿਜ਼ਰਵੇਸ਼ਨ ਮਿਲਦੀ ਜਾਂ ਮਦਦ ਮਿਲਦੀ, ਉਹ ਸਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ। RSS ਦਾ ਏਜੰਡਾ ਅਤੇ ਸਾਰੇ ਵਰਗਾਂ ਨੂੰ, ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਜਿਨ੍ਹਾਂ ਦੀ ਕਿਸਾਨੀ ਨਾਲ ਅਤੇ ਪੰਜਾਬ ਦਾ ਇਹਨਾਂ ਇਕਨੋਮਿਕ ਅੰਬਾਰਗੋ ਲਾ ਕੇ ਰੱਖਿਆ, ਪੰਜਾਬ ਨੂੰ ਜਾਣ ਪੁੱਛ ਕੇ ਆਰਥਿਕ ਤੌਰ 'ਤੇ ਪਛਾੜਿਆ ਜਾ ਰਿਹਾ, ਇਸ ਪਾਰਟੀ ਨੂੰ ਪਛਾਣ ਕੇ ਤਗੜੇ ਹੋ ਕੇ ਦੀ ਵਿਰੋਧਤਾ ਕਰੋ। ਅਤੇ ਇਕੱਲੀ ਕਾਂਗਰਸ ਹੀ ਇੱਕ ਇਹੋ ਜਿਹੀ ਪਾਰਟੀ ਇਹਦੇ 'ਤੇ। ਤੁਹਾਡੇ ਇਸ ਚੈਨਲ ਦੇ ਜ਼ਰੀਏ ਵੋਟਰਸ ਨੂੰ ਕਹਿਣਾ ਚਾਹੁੰਦਾ, ਮੈਂ ਇੱਕ ਗੱਲ ਭੁੱਲ ਗਿਆ ਸਟੇਜ, ਪਟਨੇ ਦੀ ਰੈਲੀ ਵਿੱਚ ਕੇਜਰੀਵਾਲ ਸਾਹਿਬ ਨੇ, ਮਮਤਾ ਬੈਨਰਜੀ ਨੇ, ਉਧਵ ਠਾਕਰੇ ਨੇ ਗੱਲ ਕਹੀ ਕਿ ਜੇ ਇੰਡੀਆ ਬਲੋਕ ਨੂੰ ਮਜੋਰਟੀ ਮਿਲੇਗੀ ਤਾਂ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏ, ਅਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੀ ਬਣਾਉਣਾ ਫਿਰ ਆਪ ਨੂੰ ਵੋਟ ਕਿਹੜੀ ਗੱਲ ਦੇ? ਅਸੀਂ 350 ਸੀਟ ਲੜ ਰਹੇ ਹਾਂ ਭਾਜਪਾ ਦੇ ਖਿਲਾਫ, ਆਪ 20 ਸੀਟਾਂ ਲੜ ਰਹੀ ਹੈ। ਜੇ ਕੋਈ ਬਦਲ ਬਣ ਸਕਦਾ ਆਪ ਦਾ ਇਹਨਾਂ ਦਾ BJP ਦਾ, ਅਤੇ ਇਕੱਲੀ ਕਾਂਗਰਸ ਅਤੇ ਇੰਡੀਆ ਬਲੋਕ ਹੀ ਬਣ ਸਕਦਾ। ਕਿਰਪਾ ਕਰਕੇ ਆਪਣੀ ਮੋਸਟ ਕੀਮਤੀ ਵੋਟ ਜ਼ਾਇਆ ਨਾ ਕਰਿਓ, ਸਿੱਧੇ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ 5 ਦੇ ਚੋਣ ਨਿਸ਼ਾਨ 'ਤੇ ਡਾਕਟਰ ਅਮਰ ਸਿੰਘ ਜੀ ਨੂੰ ਵੋਟਾਂ ਪਾ ਕਰ।